ਅੱਜ ਦੇ ਦਿਨ ਦੀ ਸ਼ੁਰੂਆਤ ਕੁਛ ਥੋੜੀ ਲੇਟ ਹੋਈ ਕਿਉਂਕਿ ਕੰਮ ਕਰਦੇ ਕਰਦੇ ਲੇਟ ਹੋ ਗਏ ਤੇ ਨਾ ਕੇ ਜਾਨ ਨੂੰ ਨਿਕਲਿਆ ਤਾਂ ਧੁੱਪ ਬੜੀ ਖੜੀ ਹੋਈ ਸੀ ਪਹਿਲਾਂ ਹੀ ਬੈਠ ਗਏ ਸੀਗੇ ਦੋਨੇ ਜਾਨੇ ਮਾਂ ਪੁੱਤ ਧੁੱਪ ਦੇ ਵਿੱਚ ਪੂਰੇ ਵਧੀਆ ਤੇ ਐਨ ਤੇਜ਼ ਧੁੱਪ ਤਿੱਖੀ ਤੇ ਗੁਰਮਨ ਵੀ ਅੱਜ ਬਾਹਰ ਖੇਡਣ ਲੱਗਿਆ ਹੋਇਆ ਸੀ ਆਪਣੇ ਖਿਡੌਣੇ ਨਾਲ ਪਤਾ ਨਹੀਂ ਕੀ ਕੁਛ ਇਹ ਕਰਦਾ ਰਹਿੰਦਾ ਐਂਗਲ ਐਂਗਲ ਬਣਾ ਕੇ ਜੇ ਕਹਿੰਦਾ ਮੈਨੂੰ ਕਹਿੰਦਾ ਸਲੋ 모ਸ਼ਨ ਬਣਾਓ ਆ ਮੌਨਸਟਰ ਟਰੱਕ ਨਾਲ ਲੱਗਿਆ ਹੋਇਆ ਸੀ ਪਤੰਦਰ ਕ੍ਰੀਏਟਿਵ ਤਾਂ ਪੂਰਾ ਇਹ ਚਲੋ ਹੁਣਾ ਵੀ ਚਾਹੀਦਾ ਮੁੰਡਾ ਕਿਹਦਾ ਫਿਰ ਮਿਸਤਰੀਆਂ ਦੇ ਮੁੰਡਿਆਂ ਦੇ ਉਸ ਤੋਂ ਬਾਅਦ ਥੋੜਾ ਕੰਮ ਸੀ ਬਾਜ਼ਾਰ ਦੇ ਵਿੱਚ ਮਨਪ੍ਰੀਤ ਨੂੰ ਤੇ ਆਪਾਂ ਨਿਕਲ ਕੇ ਗੱਡੀ ਚੱਕੀ ਖਮਾਣਾ ਨੂੰ ਤੇ ਇਹ ਵੀ ਅੱਜ ਥੋੜੀ ਠੀਕ ਨਹੀਂ ਸੀਗੀ ਖਮਾਣਾ ਤੋਂ ਸਮਾਨ ਸਮੂਹ ਲੈ ਕੇ ਵਾਪਸੀ ਤੇ ਤੇ ਧੁੱਪ ਪੂਰੀ ਚਮਕੀ ਹੋਈ ਸੀਗੀ ਐਨ ਹੁਣ ਲੱਗਦਾ ਵੀ ਦਿਨ ਖੁੱਲ ਜਾਣਗੇ ਪੂਰੇ ਤੇ ਗੁਰਮਨਵਲ ਝਾਤੀ ਮਾਰੀ ਤਾਂ ਇਹ ਪੂਰਾ ਅਮਲੀਆ ਚਾਹ ਦਾ ਇਹਨੂੰ ਤੋੜ ਲੱਗੀ ਪਈ ਸੀ ਵੀ ਕਦੋਂ ਘਰ ਜਾ ਕੇ ਮੈਂ ਚਾਹ ਪੀਵਾਂ ਘਰੇ ਪਹੁੰਚੇ ਤਾਂ ਦੇਖਿਆ ਇੱਕ ਬਹੁਤ ਹੀ ਪਿਆਰਾ ਜਿਹਾ ਜਾਨਵਰ ਸਾਡਾ ਸਵਾਗਤ ਕਰ ਰਿਹਾ ਸੀ ਬਾਥਰੂਮ ਦੇ ਵਿੱਚ ਇਹਨੂੰ ਇੱਧਰ ਉੱਧਰ ਚੱਕ ਕੇ ਇਹਦਾ ਕੀਤਾ ਘੋਗਾ ਚਿੱਤ ਤੇ ਉਤੋਂ ਬਾਅਦ ਚਾਹ ਪੀਤੀ ਤੇ ਮਾਰੇ ਸਟਾਈਲ ਥੋੜਾ ਜਿਹਾ ਫੋਨ ਦੇ ਵਿੱਚ ਕੰਮ ਕਰਦੇ ਕਰਦੇ ਫਿਰ ਰਾਤ ਨੂੰ ਫੇਰ ਦੇਖਿਆ ਹੁੰਦੀ ਆ ਬਾਹਰ ਨਿਕਲ ਕੇ ਹਨੇਰਾ ਹੋ ਗਿਆ ਤੇ ਹਨੇਰਾ ਹੋਇਆ ਹੋਇਆ ਫਿਰ ਆਪਾਂ ਚੰਦ ਵੀ ਪੂਰਾ ਸਾਫ ਸੀ ਤੇ ਕਿਚਨ 'ਚ ਗਏ ਡਿਨਰ ਦੀ ਤਿਆਰੀ ਹੋ ਰਹੀ ਸੀ ਦੇਖੀਏ ਕੀ ਬਣਾਇਆ ਬਣਿਆ ਸੀ ਬੈਂਗਣ ਦੱਸਿਓ ਸਾਰੇ ਬੈਂਗਣ ਕਿਨੂ-ਕਿਨੂ ਪਸੰਦ ਨੇ ਮੈਨੂੰ ਵੀ ਠੀਕ-ਠਾਕ ਪਸੰਦ ਨੇ ਪਰਤਾ ਜ਼ਿਆਦਾ ਪਸੰਦ ਆ ਤੇ ਉਤੋਂ ਬਾਅਦ ਫਿਰ ਰੋਟੀ ਠੂਠੀ ਖਾ ਕੇ ਕਾਫੀ ਢੇਰ ਹੋ ਚੁੱਕੀ ਸੀਗੀ ਤੇ 9:00 ਵੱਜ ਗਏ ਸੀ ਫਿਰ ਹੁਣ ਤਿਆਰੀ ਆ ਸੌਣ ਦੀ ਤੇ ਕਰਦੇ ਆ ਬਲੌਗ ਇਥੇ ਐਂਡ ਕੱਲੂ